ਇਹ ਮੈਨੂੰ ਲਵ ਯੂ ਤੋਂ ਕਿਤੇ ਨਾ ਕਿਤੇ ਇੰਟੈਲੀਜੈਂਟ ਲੱਗਦੀ ਹੈ ਵੈਸੇ ਜੀ, ਉਹ ਤਾਂ ਮੈਨੂੰ ਬਹੁਤ ਤੰਗ ਕਰਦੀ ਸੀ, ਮੈਂ ਉਹਨੂੰ ਹਜ਼ਾਰ ਵਾਰੀ ਕਹਿੰਦਾ ਵੀ ਮੀ 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 ਕਰਦੀ ਰਹੀ, ਨਹੀਂ ਕਰਦੇ ਤਾਂ ਇਹ ਵੀ ਤੰਗ ਹੈ ਜੀ ਵੈਸੇ। ਕੋਈ ਨਹੀਂ, ਇਹ ਤੰਗ ਜਿਹੜੇ ਮੈਂ ਤੈਨੂੰ ਕਿਹਾ ਤੰਗ ਕੀਤਾ ਮੈਨੂੰ ਨਹੀਂ, ਸਾਹਿਬ ਜੀ ਨੂੰ ਸਰ ਲੋਕਾਂ ਨੇ ਤੁਹਾਡੇ ਤੇ ਦੋਸ਼ ਲਾਇਆ। ਉਹ ਸਾਰਾ ਕੀ ਹੋ, ਤੇਰੇ ਤੇ ਨਹੀਂ ਲਾਇਆ ਜਾਂ ਤੇਰੇ ਘਰਦਿਆਂ ਤੇ ਨਹੀਂ ਲਾਇਆ, ਕੀ ਇਹ ਕੀ ਕੀਤਾ? ਜਦੋਂ ਮੇਰੇ ਤੇ ਦੋਸ਼ ਲੱਗੇ ਸਾਡੇ ਘਰ ਦੇ ਬੇਹੋਸ਼ ਹੋ ਗਏ ਸੀਗੇ। ਓਕੇ ਓਕੇ, ਉਹ ਤਾਂ ਬਣਦਾ ਵੀ ਸੀਗਾ ਉਹਨਾਂ ਦਾ। ਤੁਹਾਡੇ ਤੇ ਦੋਸ਼ ਹੈ ਵੀ ਤੁਸੀਂ ਇਸ ਅਨਪੜ ਨੂੰ ਠਾਣੀ ਦੇ ਵਿੱਚ ਕਿਉਂ ਰੱਖਿਆ? ਇਹ ਗੱਲ ਤੁਸੀਂ ਡੀਐਸਪੀ ਸਾਹਿਬ ਨੂੰ ਪੁੱਛੋ ਜਾ ਕੇ। ਮੈਂ ਇਹਨਾਂ ਦੀ ਨੌਲੇਜ ਚੈੱਕ ਕਰਨਾ ਆ, ਨੌਲੇਜ ਚੈੱਕ ਕਰਨਾ ਹੈ ਇਹਨਾਂ ਦੀ। ਕਰੋ ਜੀ ਕਰੋ ਨੌਲੇਜ ਚੈੱਕ। ਤੁਹਾਨੂੰ ਕਿਹਨੇ ਕਿਹਾ ਕਿ ਮੈਂ ਅਨਪੜਾਂ? ਹਾਂਜੀ, ਉਹ ਤਾਂ ਪੜਪੜਗੰਜ ਚ ਪੜੀ ਹੋਈ ਆ। ਜਜਮੈਂਟ ਤੈਅ ਕਰਕੇ ਤੇ ਅਗਲੇ ਨੂੰ ਦੱਸ ਦਿੰਦੇ ਕਿ ਇਹ ਹੋਣਾ, ਅਗਲਾ ਭਾਵੇਂ ਸਹੀ ਹੋਵੇ। ਹੁਣ ਦੇਖ ਲੈਨੇ ਅਨਪੜ੍ਹ ਆ ਕੇ ਵੀ ਮਤਲਬ ਪੜ੍ਹੀ ਲਿਖੀ ਆ। ਅਜੇ ਨਹੀਂ, ਬਸ 2 ਮਿੰਟ ਬਾਅਦ ਦੇਖ ਕੇ ਸਾਡਾ ਫੋਨ ਆਇਆ। ਸਵਾਲ ਜਵਾਬ ਜੇ ਇਧਰ ਉਧਰ ਹੋ ਗਏ ਤੁਸੀਂ ਜ਼ਿੰਮੇਦਾਰ ਹੋ। ਸਰ ਮੈਨੂੰ ਲੱਗਦਾ ਇਹਨਾਂ ਨੇ ਰੋ ਪੈਣੇ। ਹੈਲੋ, ਉਹ 1 ਮਿੰਟ ਓਏ, ਖਰਾਬ ਸਪੀਕਰ ਖਲੋ ਜਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਕਿਤੇ ਠੀਕ ਹੋ ਤੁਸੀਂ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਕੌਣ ਬੋਲ ਰਹੇ ਹੋ? ਮੈਂ ਰਾਜੂ ਬੋਲ ਰਹੀ ਹਾਂ ਇੰਗਲੈਂਡ ਡਰਬੀ ਤੋਂ। ਵਾਹ ਜੀ ਵਾਹ, ਰਾਜੂ ਭੈਣ ਜੀ। ਖੁੱਲੀ ਗਰਾਊਂਡ ਚ ਛੱਡ ਦਵਾਂ ਜਿੱਥੇ ਖੁੱਲਾ ਰਹੇ? ਨਹੀਂ ਨਹੀਂ, ਮੈਂ ਇਹਨਾਂ ਬਾਰੇ ਕੁਛ ਮਾੜਾ ਨਹੀਂ ਕਹਿ ਸਕਦਾ। ਕੀ ਕਹਿਤਾ ਜੀ? ਬਸ ਜੀ, ਫਿਰ ਨੌਕਰੀ ਜਾ ਸਕਦੀ ਜੀ? ਉੱਪਰ ਹੈ ਨੀ, ਅਸੀਂ ਮੰਜ਼ਲ ਹੀ ਢਾਤੀ ਦੀ ਉੱਪਰ ਦੀ, ਅਸੀਂ ਰੱਖਿਆ ਹੀ ਨੀ ਇਸੇ ਕਰਕੇ ਉੱਪਰ ਦਾ। ਮੇਰਾ ਵੀ ਬ੍ਰਦਰ ਏਆਈ ਜੀ ਹੈ ਚੰਡੀਗੜ੍ਹ ਦੇ ਵਿੱਚ, ਅਸੀਂ ਉਹਦਾ ਕੋਲ ਤੁਹਾਡੀ ਰਿਪੋਰਟ ਕਰਾਂਗੇ। ਅਸੀਂ ਥਾਣਾ ਹੀ ਸ਼ਿਫਟ ਕਰ ਲੈਣਾ ਸੀ, ਦੌੜੇ ਪੈ ਜਾਣਾ ਇੱਥੋਂ। ਜਿੱਦਾਂ ਦਾ ਤੇਰਾ ਮੂੰਹ ਹੈ ਨਾ, ਤੈਨੂੰ ਵੀ ਰਿਪੋਰਟਰ ਨਹੀਂ ਚੌਕ ਚ ਧਨੀਆ ਵੇਚਦੇ ਹੋਣਾ ਚਾਹੀਦਾ। ਮੈਨੂੰ ਲੱਗਦਾ ਪੁੱਤਰ ਇਕੱਠੀ ਗੁੱਛੀ ਖਾ ਬੈਠਾ 10 ਰੁਪਏ। ਠੀਕ ਆ ਫਿਰ, ਹਾਂ ਗੱਲਬਾਤ ਅੱਗੇ ਤੋਰੋ ਆਪਣੀ, ਮੈਂ ਵੀ ਗੱਲਬਾਤ ਤੋਰਨੀ। ਹੈਲੋ, ਪਹਿਲੀ ਗੱਲ ਤਾਂ ਇਹ ਜਿਹੜਾ ਰਿਪੋਰਟਰ ਹੈ ਇਹਨੂੰ ਕਹਿਣਾ ਸੀ ਵੀ ਲੈਟੀਆਂ ਲੁੱਚੀਆਂ ਖਾ ਕੇ ਆਉਂਦਾ, ਇਹਦੀ ਆਵਾਜ਼ ਤਾਂ ਆਪਣੀ ਨਿਕਲਦੀ ਤੇ ਰਿਪੋਰਟਰ ਕਾਹਦਾ ਹੈ? ਪਤਾ ਨਹੀਂ ਜੀ, ਖਬਰ ਕਿੱਦਾਂ ਕੱਢ ਲੈਂਦੇ ਆ ਇਹਨਾਂ ਦੀ ਤੇ ਆਪਣੀ ਆਵਾਜ਼ ਨਹੀਂ ਨਿਕਲਦੀ। ਇਹ ਮੈਨੂੰ ਮੇਰੇ ਗਲਤ ਬੱਚੇ ਚੁਟਕੇ ਤਾਂ ਮਾਰ ਮਾਰ ਕੇ ਖਬਰਾਂ ਦੇਣ ਡਿਆ ਆ। ਪਤਾ ਨਹੀਂ ਜੀ, ਇਹੋ ਜਿਹੇ ਬੰਦੇ ਨਾ 60 ਸਾਲ ਵੀ ਲੱਗੇ ਰਹਿਣ ਨਾ ਆਪਣੀ ਜੌਬ ਤੇ, ਕਦੀ ਤਰੱਕੀ ਨਹੀਂ ਕਰ ਪਾਉਂਦੇ। ਦੂਰ ਤੁਮ ਰਹਤੇ ਹੋ। ਨਹੀਂ ਸਰ, ਮੈਂ ਪਲ ਦੋ ਪਲ ਕਾ, ਮੈਂ ਪਲ ਦੋ ਪਲ ਕਾ ਰਾਹੀ ਹੂੰ। ਹਾਂਜੀ, ਹੋਈ ਹੋਈ ਪਲ ਦੋ ਪਲ ਚ ਮੇਰੀ ਬੱਸ ਆਉਣ ਵਾਲੀ ਹੈ, ਮੈਂ ਪਲ ਦੋ ਪਲ ਦੌੜ ਕੇ ਚੜ ਜਾਣਾ ਤੇ ਪਲ ਦੋ ਪਲ ਚ ਮੈਂ ਅਗਲੇ ਪਿੰਡ ਪਹੁੰਚ ਜਾਣਾ। ਬੇਟਾ, ਇੱਥੇ ਕੋਈ ਚਿੱਤਰਹਾਰ ਨਹੀਂ ਚੱਲਣ ਡੇ, ਇੱਥੇ ਮੈਨੂੰ ਗਾਣੇ ਦੱਸਣ ਡੇ ਹੋ। ਅੱਛਾ, ਤੁਸੀਂ ਬਹੁਤ ਇੰਟੈਲੀਜੈਂਟ ਹੋ ਪਤਾ। ਓ ਥੈਂਕ ਯੂ ਬੇਟਾ, ਮੈਂ ਮਤਲਬ ਬਹੁਤ ਖੁਸ਼ ਹੁੰਦਾ ਜਦੋਂ ਮੇਰੀ ਕੋਈ ਤਾਰੀਫ ਕਰਦਾ। ਤੁਸੀਂ ਕਿਉਂ ਨਹੀਂ ਬਣੇ ਇੰਟੈਲੀਜੈਂਟ? ਇਹ ਸਵਾਲ ਤੇ ਤੈਨੂੰ ਵੀ ਪੁੱਛਿਆ ਜਾ ਸਕਦਾ, ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਆਪਣੇ ਹਿਸਾਬ ਨਾਲ ਲੱਗਦੀ ਜਿਦਾਂ ਅੰਤ ਦੀ ਸ਼ੁਰੂਆਤ ਹੁੰਦੀ ਆ।
ਕਿ ਬਸ ਇਸ ਤੋਂ ਬਾਅਦ ਅੰਤ ਹੀ ਹੈ ਤੇ ਮੇਰੀ ਗੱਲ ਸੁਣੋ ਮੇਰੇ ਤੇ ਐਲੀਗੇਸ਼ਨ ਲਗਾਉਣ ਦੀ ਲੋੜ ਨਹੀਂ ਹੈ ਮੈਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਮੈਂ ਪੜ੍ਹੀ ਹੋਈ ਹੈ ਕਿ ਨਹੀਂ ਐਲੀਗੇਸ਼ਨ ਨਹੀਂ ਲਾਣਾ ਡੈਲੀਗੇਸ਼ਨਸ ਨਾਲ ਆਂਦੀ ਹੁੰਦੀ ਹੈ ਤੁਸੀਂ ਤਾਂ ਤੂੰ ਕਿੰਨੇ ਹੁੰਦੇ ਆ 80 ਤੇ 90 ਪੁੱਤਰ ਮੈਂ ਤੈਨੂੰ ਕੀ ਇੱਥੇ ਦਰਸ਼ਨ ਮਾਸਟਰ ਲੱਗਣ ਦੇ ਦੇਖੋ ਜੀ ਇਹ ਚੈਨਲ ਨਾਲ ਕਿੰਨਾ ਬਕਵਾਸ ਕਰ ਰਹੇ ਨੇ ਓਏ ਓਏ ਹੱਥ ਚ ਚੱਲਣ ਦਾ ਵਿਕਾਰ ਹੀ ਇੱਕ ਪਾਉਣਾ ਹੱਥੇ ਬੰਦਾ ਮੇਰੇ ਤੇ ਰੋ ਮਾਰ ਰਿਹਾ ਇੱਕ ਭੈਣ ਜੀ ਇਹ ਮੈਨੂੰ ਚੀਕਾ ਮਾਰਨਾ ਵੀ ਡਰਾ ਰਹੀ ਹੈ ਓਏ ਮੈਂ ਇਹਨਾਂ ਦੀ ਗੱਲ ਪੁੱਤਰ ਤੇਰੇ ਮੂੰਹ ਚੋਂ ਨਾ ਚੰਗੀ ਰਿਪੋਰਟ ਵੀ ਐਦਨੀ ਗੰਦੀ ਲੱਗਦੀ ਹੋਣੀ ਹੈ ਨਾ ਲੈ ਪੁੱਤਰ ਅੱਜ ਇਹ ਤਾਂ ਗਿਆ ਲਓ ਜੀ ਜਿਹੜੀ ਖਬਰ ਲੱਗਣੀ ਉਹ ਤਾਂ ਲੱਗ ਜੂ ਤੂੰ ਇੱਥੋਂ ਭੱਜ ਜਾ ਇਹ ਤੁਹਾਨੂੰ ਕੀ ਲੱਗਦਾ ਜਾ ਸਕਦਾ ਛਿੰਦੇ ਕੋਲੋਂ ਗੇਟ ਤੇ ਮੈਂ ਪਹਿਲੇ ਬੰਦ ਕਰਵਾ ਲਿਆ ਇਹ ਕਿੱਥੇ ਚੱਲ ਜਾਊਗਾ ਆਹੋ ਜੀ ਖਬਰਾਂ ਛਾਪਣੀਆਂ ਮੈਂ ਇਹਨਾਂ ਨੂੰ ਪਹੁੰਚਾ ਦੇਣਾ ਹੈਂ ਮੈਂ ਆਹੋ ਜੀ ਖਬਰਾਂ ਛਾਪਣੀਆਂ ਇਹਨਾਂ ਤੇ ਇਹਨਾਂ ਨੂੰ ਮੈਂ ਪਹੁੰਚਾ ਦੇਣਾ ਕਦੋਂ ਛਾਪਣੀਆਂ ਪੁੱਤਰ 2 ਸਾਲ ਤੇ ਹੁਣ ਤੂੰ ਅੰਦਰ ਹੀ ਹੈ ਤੂੰ ਜਾ ਛਾਪਣੀਆਂ ਕਦੋਂ ਤੇਰੇ ਕੋਲ ਤਾਂ ਟਾਈਮ ਹੀ ਨਹੀਂ ਮਿਲਣਾ ਤੈਨੂੰ ਬਿਜ਼ੀ ਨਾ ਹੋ ਜਾਣਾ ਚੱਕੀ ਪੀ ਪਿੱਛੇ ਘਾਹ ਪੁੱਟ ਇਹਨੇ ਤੈਨੂੰ ਆਹੀ ਕੰਮ ਦੇ ਨੇ ਬਿਜ਼ੀ ਹੋਣੇ ਤੇਰੇ ਕੋਲ ਛਾਪਣ ਲਈ ਟਾਈਮ ਨਹੀਂ ਲੱਗਣਾ ਬੜੇ ਗੰਦੇ ਆਲੂ ਵਰਗਾ ਮੂੰਹ ਆ ਤੇਰਾ ਹੁਣ ਤੁਸੀਂ ਕੁਝ ਵੀ ਕਹੋਗੇ ਨਾ ਪਰ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਪਲ ਦੀਪਕ ਜੀ ਜਰਾ ਧਿਆਨ ਨਾਲ ਓਕੇ ਕਿਉਂਕਿ ਨਾ ਮੇਰੇ ਪਾਪਾ ਜੀ ਕਹਿੰਦੇ ਸੀਗੇ ਕਿ ਖੱਟੇ ਅੰਬ ਤੇ ਪੁਲਿਸ ਦੀ ਝੰਬ ਕੋਲੋਂ ਕੋਈ ਨਹੀਂ ਵੱਜ ਸਕਦਾ ਪੁੱਤਰ ਮੈਨੂੰ ਲੱਗਦਾ ਤੇਰੇ ਪਿਓ ਨੂੰ ਸਿਰਫ ਅੱਜ ਤੱਕ ਜ਼ਿੰਦਗੀ 'ਚ ਖੱਟੇ ਅੰਬ ਹੀ ਜੁੜੇ ਆ ਉਹਦੇ ਕੋਲ ਮਿੱਠੇ ਲੈ ਹੀ ਨਹੀਂ ਗਏ ਤੇ ਪੁਲਿਸ ਦੇ ਝੰਬ ਵੀ ਹਾਂ ਉਹ ਵੀ ਤਾਂ ਵੀ ਕਾਫੀ ਵਾਰ ਗੁਜ਼ਰਿਆ ਉਹ ਤੁਸੀਂ ਧਿਆਨ ਨਾਲ ਤੇਰੇ ਭਾਪੇ ਨੇ ਪਿਲਪਲੇ ਅੰਬ ਬਾਰੇ ਨਹੀਂ ਕੁਝ ਦੱਸਿਆ ਕਿ ਉਹ ਕਿੱਦਾਂ ਕੀ ਹੁੰਦਾ ਉਹਦੇ ਨਾਲ ਉਹਦੇ ਬਾਰੇ ਵੀ ਦੱਸਿਆ ਹੈ ਪਰ ਉਹ ਨੈਕਸਟ ਐਪੀਸੋਡ ਵਿੱਚ ਬਹੁਤ ਅੱਛੇ ਨੈਕਸਟ ਐਪੀਸੋਡ ਲਾ ਵੀ ਪੁੱਤਰ ਅੰਬਾਂ 'ਚ ਇੱਕ ਅੰਬ ਹੁੰਦਾ ਤੋਤਾ ਅੰਬ ਜੀ ਉਹਦੇ ਵਰਗੀ ਸ਼ਕਲ ਆ ਤੇਰੀ ਚੁੰਝ ਵਾਲਾ ਵਾਹ ਲਾਲ ਚੁੰਝ ਵਾਲਾ ਹਾਂ ਬਈ ਉਹ ਮੇਰੀ ਗੱਲ ਸੁਣ ਪੁੱਤਰ ਤੂੰ ਆਇਆ ਕੋਈ ਇੰਟਰਵਿਊ ਲੈਣ ਆਇਆ ਕੋਈ ਤਮੀਜ਼ ਨਾਲ ਆਉਂਦਾ ਅਸੀਂ ਤੇਰਾ ਤੈਨੂੰ ਚਾਹ ਪਾਣੀ ਪਿਉਂਦੇ ਤੂੰ ਇੱਕਦਮ ਹੀ ਸਾਡੇ ਤੇ ਇੱਥੇ ਅਟੈਕ ਕਰ ਰਿਹਾ ਆ ਕੇ ਗੱਲ ਕਰ ਰਿਹਾ ਕਿੱਡਾ ਤੇਰਾ ਮੁੜੇ ਹੋਏ ਸਰੀਰ ਦਾ ਮੂੰਹ ਹੈ ਤੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਜੇ ਅਫਸਰ ਕੋਲ ਜਾਣਾ ਤੇ ਅਫਸਰ ਨਾਲ ਤਮੀਜ਼ ਨਾਲ ਗੱਲ ਕਰਾਂ ਤਾਂ ਜੋ ਅਫਸਰ ਵੀ ਮੈਨੂੰ ਤਮੀਜ਼ ਨਾਲ ਜਵਾਬ ਦੇਵੇ ਮੈਨੂੰ ਉਹਨਾਂ ਨੇ ਕਿਹਾ ਸੀ ਸਾਡੇ ਬਾਪੂ ਨੇ ਇਹਨਾਂ ਨੇ ਫੇਸਬੁੱਕ ਡਾਊਨਲੋਡ ਕਰਕੇ ਦਿੱਤੀ ਆ ਉਹ ਜਿਹੜਾ ਕੱਲ ਆਇਆ ਸੀ ਬਾਪੂ ਉਹ ਤਾਂ ਬਾਪੂ ਹੀ ਖੋਚਲਾ ਤੂੰ ਉਹਦੀ ਬੈਕਗ੍ਰਾਉਂਡ ਪਤਾ ਕੀਤੀ ਹੈ ਤੁਹਾਡੀ ਇਹੀ ਪ੍ਰੋਬਲਮ ਹੈ ਤੁਸੀਂ ਨਿਊਜ਼ ਦੇ ਤਹਿ ਤੱਕ ਨਹੀਂ ਜਾਣਾ ਹੁੰਦਾ ਉਤੋਂ ਉਤੋਂ ਆਪਣੀਆਂ ਨਿਊਜ਼ਾਂ ਬਣਾ ਲੈਂਦੇ ਹੋ ਹਾਏ ਸਰ ਤੁਹਾਨੂੰ ਪਤਾ ਉਹਨਾਂ ਨੇ ਤਾਂ ਮੈਨੂੰ ਵੀ ਰਿਕੁਐਸਟ ਭੇਜ ਦਿੱਤੀ ਬਾਬਾ ਜੀ ਨੇ ਕਿੰਨੇ ਬਾਬਾ ਜੀ ਨੇ ਵਾਹ ਜੀ ਵਾਹ ਤੇ ਉਹਨਾਂ ਦੀ ਰਿਪੋਰਟ ਲਗਾਉਣਾ ਹੈ ਤੁਸੀਂ ਜਿੱਦਾਂ ਦੀ ਉਹਦੀ ਸ਼ਕਲ ਹੈ ਨਾ ਮਾਰਕ ਜ਼ੁਕਰਬਰਗ ਨੇ ਆਪ ਉਹਨੂੰ ਦੇਖੀ ਬਲੌਕ ਕਰ ਦੇਣਾ ਉਸ ਤੋਂ ਸਰ ਤੇ ਮੈਂ ਫਿਰ ਉਹਨਾਂ ਦੀ ਰਿਕੁਐਸਟ ਨੂੰ ਐਕਸੈਪਟ ਕਰ ਲਾਂ ਕਿ ਡਿਕਲਾਈਨ ਕਰਦਾ ਮੈਂ ਕੀ ਤੇਰਾ ਡੈਡੀ ਹਾਂ ਮੈਂ ਕੀ ਦੱਸਾਂ ਤੈਨੂੰ ਆਪੇ ਦੇਖ ਆਪਣੇ ਹਿਸਾਬ ਨਾਲ ਸਰ ਮੈਨੂੰ ਲੱਗਦਾ ਕਿ ਉਹਨਾਂ ਦੀ ਪ੍ਰੋਫਾਈਲ ਤੋਂ ਸ਼ਾਇਦ ਉਹਨਾਂ ਦਾ ਮੁੰਡਾ ਹੀ ਮੇਰੇ ਤੋਂ ਲਾਈਨ ਮਾਰ ਰਿਹਾ ਹੋਵੇ ਕਿਹੜਾ ਮੁੰਡਾ ਕਿ ਉਹਨਾਂ ਦਾ ਮੁੰਡਾ ਵੀ ਤਾਂ ਆਇਆ ਸੀ ਕੱਲ ਨਾਲ ਉਹ ਮੁੰਡਾ ਸੀ ਉਹ ਲਾਈਨ ਮਾਰਨ ਵਾਲਾ ਦਿਖਿਆ ਤੈਨੂੰ ਉਹਦੀ ਸ਼ਕਲ ਦੇਖੀ ਤੂੰ ਉਹਨੂੰ ਕਿਤੇ ਕੋਈ ਪਾਣੀ ਪੂਣੀ ਮਾਰਨਾ ਚਾਹੀਦਾ ਮੂੰਹ ਤੇ ਲਾਈਨ ਮਾਰਨ ਡਿਆ ਸੀ ਅੱਛਾ ਇਹ ਤਾਂ ਮੈਂ ਤੈਨੂੰ ਚੰਗਾ ਲੱਗਾ ਮੈਨੂੰ ਚੰਗਾ ਲੱਗਾ ਕੁੱਲ ਮਿਲਾ ਕੇ ਤੁਹਾਡੀ ਦੋਨਾਂ ਭੈਣਾਂ ਦੀ ਚੁਆਇਸ ਬਹੁਤ ਬਹੁਤ ਹੀ ਜ਼ਿਆਦਾ ਮਾੜੀ ਸਰ ਇਹਦੇ ਨਾਲ ਕਹੋ ਮੈਨੂੰ ਮੈਂ ਤੁਹਾਨੂੰ ਵੀ ਬਹੁਤ ਪਸੰਦ ਕਰਦੀ ਹਾਂ ਇਹ ਕੀ ਮਤਲਬ ਹੋਇਆ ਮਤਲਬ ਐਜ਼ ਇਫ ਤੁਸੀਂ ਮੇਰੇ ਸੀਨੀਅਰ ਹੋ ਮੈਂ ਤੁਹਾਡੀ ਰਿਸਪੈਕਟ ਕਰਦੀ ਹਾਂ ਦੇਖੋ ਬਈ ਮੈਂ ਮਤਲਬ ਇਹ ਨਹੀਂ ਮਤਲਬ ਮੈਨੂੰ ਇਜਾਜ਼ਤ ਨਹੀਂ ਦਿੰਦੇ ਮੇਰਾ ਜ਼ਮੀਰ ਨਹੀਂ ਮੈਨੂੰ ਇਜਾਜ਼ਤ ਦਿੰਦਾ ਨਾ ਮੇਰਾ ਦੋਸਤ ਸਮੀਰ ਮੈਨੂੰ ਇਜਾਜ਼ਤ ਦਿੰਦਾ ਇੱਕ ਛੋਟਾ ਜਿਹਾ ਸਵਾਲ ਵਾ ਤੇਰੇ ਪੁੱਤਰ ਸਵਾਲ ਫਸੇ ਕਿੱਥੇ ਹੈ ਜੇ ਬਚਪਨ ਤੋਂ ਸੋਲਵ ਕਰ ਲੈਂਦਾ ਤੈਨੂੰ ਪਤਾ ਤੂੰ ਅਫਸਰ ਲੱਗ ਜਾਣਾ ਹੈ ਮੈਂ ਛੋਟਾ ਸਵਾਲ ਪੁੱਛਣਾ ਚਾਹਣਾ ਖੂਬਸੂਰਤੀ ਦਾ ਰਾਜ ਕੀ ਹੈ ਕੀਦੀ ਇਤਰੋ ਹਾਂਜੀ ਮੇਰੀ ਕੋਈ ਤੇ ਰਾਜ ਹੈਗਾ ਰਾਜ ਨਹੀਂ ਉਹ ਟੈਰਾਂ ਵਾਲਾ ਉਹ ਆਏ ਦੀ ਖੂਬਸੂਰਤੀ ਦਾ ਰਾਜ ਸਾਰੇ ਪੈਸੇ ਉਹੀ ਲਾਉਂਦਾ ਇਹਦੇ ਤੇ ਕਾਲੀ ਚਿਮਣੀ ਕਾਲੀ ਚਿਮਣੀ ਹਾਂ ਜਦ ਜਿੰਨੇ ਵੀ ਮਤਲਬ ਇਹਦੇ ਉਹ ਹੁੰਦੇ ਆ ਨਾ ਕੀ ਕਹਿੰਦੇ ਉਹਨੂੰ ਮੇਕਅਪ ਦਾ ਸਮਾਨ ਜਿੰਨਾ ਹੁੰਦਾ ਤੇ ਸਰ ਮੈਂ ਦੱਸਣ ਤਾਂ ਲੱਗੀ ਹਾਂ ਹਾਂ ਦੱਸੋ ਮੇਰੀ ਖੂਬਸੂਰਤੀ ਦਾ ਰਾਜ ਹੈ ਮੇਰਾ ਮੇਕਅਪ ਹਾਂ ਮੇਕਅਪ ਸਾਰਾ ਇਹਦਾ ਮਤਲਬ ਮੇਕਅਪ ਹੈ ਮੇਕਅਪ ਲਾ ਜੀ ਹੁਣ ਇਹਦਾ ਮੂੰਹ ਮਤਲਬ ਧੁਆਲਾ ਓਹ ਹੋ ਨਹੀਂ ਸਰ ਰੋਡਵੇਜ ਦੀ ਬੱਸ ਵਰਗਾ ਮੂੰਹ ਨਿਕਲ ਆਉਣਾ ਇਹਦਾ ਅੰਦਰੋਂ ਉਹ ਜਿਹਦੀ ਅੱਗੋਂ ਜਾਲੀ ਉਤਰੀ ਹੁੰਦੀ ਖਰਾਬ ਨਹੀਂ ਹੁੰਦਾ ਤੇ ਪਾਣੀ ਡਿੱਗਦਾ ਰਹਿੰਦਾ ਇੰਜ ਇੰਜ ਉਹ ਡਿਸਟਾਰਟ ਵੀ ਆਉਂਦੀ ਆ ਸਰ ਮੇਰੀ ਗੱਲ ਸੁਣ ਲਓ ਮੈਂ ਐਸਐਸਪੀ ਸਾਹਿਬ ਨੂੰ ਕਹਿ ਦੇਣਾ ਹਰ ਵਾਰ ਤੇ ਮੇਰੇ ਪਾਸ ਤੇ ਜੀ ਸਰ ਇੱਕ ਮਿੰਟ ਕਿਵੇਂ ਤੱਕ ਲਾਣਾ ਪੈਂਦਾ ਜੀ ਆਹ ਕਿਵੇਂ ਤੁਸੀਂ ਕਿਵੇਂ ਦੱਸਿਆ ਸੀ ਕਿਵੇਂ ਕਰਦੀ ਨਹੀਂ ਬੇਟਾ ਮੈਂ ਇੱਕੋ ਵਾਰੀ ਸਟਾਰਟ ਕਰਨੀ ਹੈ ਦੋ ਹਜੇ ਤੱਤੀ ਹੋਈ ਨਹੀਂ ਗੱਡੀ ਮੈਂ ਦੁਬਾਰਾ ਨਹੀਂ ਸ਼ਰਫ ਮਾਰਦਾ ਤੁਹਾਡੇ ਕੋਲ ਸਟਾਰਟ ਵੀ ਨਹੀਂ ਹੋਈ ਬਸ ਬਹੁਤ ਅੱਛੇ ਮੈਂ ਗੋਡਾ ਲਾ ਕੇ ਸਟਾਰਟ ਕਰਾਂ ਇਹਨੂੰ ਤੱਕਾ ਮਾਰ ਕੇ ਤੁਸੀਂ ਜੂਨੇ ਨੂੰ ਨਾਲ ਲੈ ਸਕਦੇ ਹੋ ਮੇਰਾ ਦਿਲ ਕਰਦਾ ਕਿ ਤੱਕਾ ਤੁਹਾਨੂੰ ਸਾਰਿਆਂ ਨੂੰ ਮਾਰ ਦਵਾਂ ਤੇ ਆਪ ਇੱਥੇ ਬੈਠ ਸਕਦਾ